ਇੱਧਰ ਵਾਲਾ ਗੱਟੂ ਕਹਿੰਦੇ ਆਪਣਾ ਖਤਮ ਹੋ ਚੁੱਕਿਆ ਤੇ ਇੱਧਰ ਵਾਲੇ ਨੇ ਗੱਟੂ ਦੀ ਨਾਲ ਹੀ ਸਟਾਰਟਿੰਗ ਹੋ ਚੁੱਕੀ। ਸਬਰ ਕਰ ਲੈ, ਤੈਨੂੰ ਕਾਲੀ ਕਿਤਰਾਂ ਪਈ ਹੈ, ਜਿਸ ਤਰ੍ਹਾਂ ਪੈ ਤੇਰੇ ਕੋਲ ਕੋਹ ਕੇ ਲਿੱਤੇ ਹੁੰਦੇ ਮੈਂ। ਹਾਂਜੀ, ਇਹ ਕਿੱਦਾਂ ਫਿਰ ਤੁਸੀਂ ਸਾਰੇ ਜਾਣੇ? ਕਹਿੰਦੇ ਅੱਜ ਫਿਰ ਤੋਂ ਆਪਾਂ ਲੈ ਕੇ ਆ ਚੁੱਕੇ ਹਾਂ ਕਾਈਟ ਫਾਈਟ ਵੀਡੀਓ ਤੇ ਗੁੱਡੀਆਂ ਦੀ ਸ਼ੁਰੂਆਤ। ਕਹਿੰਦੇ ਹੋ ਚੁੱਕੀ ਹੈ ਤੂੰ, ਇੰਨੇ ਮੇਰਾ ਗੁਲਾ ਗੁਲਾ ਵੜਨਾ ਹੀ ਵੇਖੀ। ਤਾਂ ਕਹਿੰਦੇ ਆਪਣਾ ਵੱਧ ਚੁੱਕਿਆ ਹੈ ਤੇ ਇੱਧਰੋਂ ਕਹਿੰਦੇ ਪਿੰਕ ਵਾਲੇ ਗੁੱਡੇ ਨਾਲ ਪੀਚਾ ਲੱਗਣ ਜਾ ਰਿਹਾ, ਖੈਂਜਮ ਖੈਂਜੀ ਕਹਿੰਦੇ ਕੰਮ ਹੋਣ ਜਾ ਰਿਹਾ ਇੱਧਰਲੇ ਪਾਸੇ ਤੇ ਉਹ ਆ ਤੇ ਗਾਦਰੇ ਲੱਗ ਗਏ। ਤੇਰੀ ਗੁੱਡੀ ਥੱਲੇ ਆ, ਖਿੱਚ ਉਹਨੂੰ ਪੀਚਾ ਲਾ ਦੇਣਾ। ਲਾ ਦੇ, ਖਿੱਚ ਦੇ ਖਿੱਚ ਦੇ, ਤੂੰ ਖਿੱਚਣਾ ਉਹਦੇ ਨਾਲ ਨਾਲ ਹੀ ਖੈਂਚਮ ਖੈਂਜੀ ਪੇਚਾ ਲੱਗ ਜੂਗਾ। ਕਹਿੰਦੇ ਇੱਧਰੋਂ ਖੈਂਚਮ ਕਹਿੰਦੇ ਚੱਕ ਨੀ ਗਈ, ਚਲੋ ਅਗਲੀੜਾ ਹੋ। ਦੂਜੀ ਗੁੱਡੀ, ਦੋ ਤਰੀਕੇ ਦਾ ਗੁੱਡਾ ਪਰ ਡਾਤਾ ਆਇਆ, ਇੱਕ ਤੇ ਇਲੀ ਪੋਬੜਾ ਗੁੱਡਾ ਤੇ ਦੂਜਾ ਕਹਿੰਦੇ ਖਰਾਬ ਆ ਤੇ ਨਾਲ ਉਡੁੰਮ ਕੇ ਥੋੜਾ ਲਿਆਇਆ। ਖਿੱਚ, ਤੂੰ ਤੇ ਢਿੱਲੀ ਮਾਰੀ ਜਿੰਨਾ ਵਾ ਉਹਨੂੰ ਖਿੱਚਣਾ ਵਾ। ਇਹ ਕਿਹੜੀ ਉਹ ਦੂਜੀ ਡੋਰ ਹਿੱਲ ਵਾਲੀ, ਜਿਹਦੇ ਨਾਲ ਤੂੰ ਢਿੱਲ ਪਾ ਦੇਂਗਾ ਤੇ ਉਹਦੀ ਵੱਢੀ ਜਾਊਗੀ। ਖਿੱਚੇ ਕਿਤੇ ਆਪਾਂ ਡਾਤੀ ਦੇ ਬਸ ਇੱਕੋ ਗੁੱਡੀ ਉੱਡਣ ਦੀ, ਹੋਰ ਕੋਈ ਗੁੱਡੀ ਨਹੀਂ ਉੱਡਣ ਦੀ। ਆਪਾਂ 2 ਮਿੰਟ ਗੁੱਡੀਆਂ ਕੀ ਲੈਣ ਗਏ, ਸਾਰੀਆਂ ਗੁੱਡੀਆਂ ਭਰਾਵਾ ਉੱਡਣੀਆਂ ਬੰਦ ਹੋ ਗਈਆਂ। ਆਪਾਂ ਚੱਪਲ ਜੀ ਗੁੱਡੀ ਡਾ ਦੀ ਹੈ, ਜਿਹੜੀ ਕਿ ਬਿਲਕੁਲ ਵੀ ਸਹੀ ਗੁੱਡੀ ਨਹੀਂ ਹੈਗੀ। ਵਾਜ ਜ਼ਿਆਦੀ ਵਾਹ ਦੀ ਫੇਰ ਉੱਡਣੀ ਤੇ ਇੱਧਰੋਂ ਕਹਿੰਦੇ ਥੋੜ੍ਹੀ ਜਿਹੀ ਵਾਹ ਚੱਲ ਪਈ ਅਤੇ ਗੁੱਡੀਆਂ ਉੱਡੀਆਂ ਸਟਾਰਟ ਹੋ ਗਈਆਂ। ਤੀਜੀ ਗੁੱਡੀ ਵੀ ਉੱਡ ਚੁੱਕੀ ਹੈ। ਆਪਾਂ ਤੁਣ ਕੇ ਮਾਰ ਮਾਰ ਗੁੱਡੀ ਡਾਈ ਜਾਂਦੇ ਹਾਂ ਤੇ ਉੱਧਰੋਂ ਕਹਿੰਦੇ ਉਹ ਤੁਣ ਕੇ ਮਾਰ ਮਾਰ ਗੁੱਡੀ ਵਧਾਈ ਜਾਂਦੇ ਆ ਤੇ ਇੱਧਰੋਂ ਕਹਿੰਦੇ ਆਪਾਂ ਤੁਣ ਕੇ ਮਾਰ ਮਾਰ ਪੇਚੇ ਲਾਈ ਜਾਂਦੇ ਤੇ ਇੱਧਰੋਂ ਕਹਿੰਦੇ ਲੱਗਣ ਜਾ ਰਿਹਾ ਪੇਚਾ ਪੌਦੇ ਉੱਤੇ ਲਮਕਾਉਣੀ ਨਹੀਂ ਹੈ ਕਿਉਂਕਿ ਇਹ ਡੋਰ ਲਮਕਾਉਣ ਵਾਲੀ ਨਹੀਂ ਹੈਗੀ। ਇੱਧਰੋਂ ਕਹਿੰਦੇ ਖਿੱਚਣ ਦੀਆਂ ਤਿਆਰੀਆਂ, ਦੇਖੋ ਤੁਸੀਂ ਬੋਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਤੇ ਪਰ ਖਿੱਚਣ ਦਾ ਨਿਕਾਮ ਹੋ ਚੁੱਕਿਆ। ਉਹ ਪਾਗਲ ਹੋ ਗਿਆ ਵਾ, ਖਿੱਚਣ ਦੇ ਚੱਕਰ 'ਚ ਥੱਲੇ ਵਾੜਦੀ ਗੁੱਡੀ। ਓਏ ਕੀ ਵਾ ਦੇ ਨੂੰ ਵਾ ਦੇ, ਛੱਡ ਪਾਗਲ ਹੀ ਆ। ਉਹਦਾ ਭਰਾਵਾ ਉਹਦਾ ਡੈਡੀ ਜਾਣ ਡਿਆ ਯਾ ਥੱਲੇ। ਕਿੱਟਾ ਕਰਕੇ ਦੱਸਿਓ ਕਿ ਆਪਾਂ ਕਿੰਨਵੀਂ ਗੁੱਡੀ ਡਾਉਣ ਲੱਗੇ ਹਾਂ। ਚਲੋ ਡਾਓ ਗੁੱਡੀ। ਗਾਈਜ਼ ਵੀਰੇ, ਗੁੱਡੀ ਉੱਡਣੀ ਬੰਦ ਹੋ ਚੁੱਕੀ ਹੈ। ਗਾਈਜ਼ ਵੀਰੇ, ਹੁਣ ਆਪਾਂ ਪੇਚਾ ਕਿਹਦੇ ਨਾਲ ਲਾਈਏ? ਉਹ ਗਾਈਜ਼ ਗੁੱਡੀ ਪੇਚਾ ਕਿਹਦੇ ਨਾਲ ਲਾਉਣਾ, ਤੂੰ ਉੱਡੀ ਦੇ ਜੰਨੀ ਹੈ ਤੇ ਉਹ ਗੁੱਡੀ ਉੱਡਣ ਦੀ। ਹੁਣ ਆਪਾਂ ਲਾਸਟ ਪੇਚਾ ਲਾਉਣ ਲੱਗੇ ਹਾਂ ਤੇ ਬਾਕੀ ਕਿਹੜੇ ਇਲਾਕੇ 'ਚ ਯਾਰ ਸਭ ਤੋਂ ਜ਼ਿਆਦਾ ਗੁੱਡੀ ਉੱਡਦੀ ਆ? ਸਾਡੇ ਇਲਾਕੇ 'ਚ ਭਰਾਵਾ ਬਿਲਕੁਲ ਗੁੱਡੀ ਨਹੀਂ ਉੱਡਦੀ। ਚਾਟੀ ਵਿੰਡ ਨਹਿਰ 'ਤੇ ਰਹਿੰਦੇ ਭਰਾਵਾ ਅਸੀਂ, ਸਾਡੇ ਇੱਧਰ ਤਾਂ ਗੁੱਡੀ ਉੱਡਦੀ ਨਹੀਂ। ਸਭ ਤੋਂ ਜ਼ਿਆਦਾ ਗੁੱਡੀ ਕਿੱਥੇ ਉੱਡਦੀ ਆ, ਕਿਹੜੀ ਜਗ੍ਹਾ 'ਤੇ ਉੱਡਦੀ ਆ, ਮੈਨੂੰ ਕਮੈਂਟ ਕਰਕੇ ਦੱਸ ਦਿਓ, ਫਿਰ ਆਪਾਂ ਉੱਥੇ ਚਲਾਂਗੇ ਗੁੱਡੀ ਉਡਾਉਣ। ਰਿਸ਼ਤੇਦਾਰ ਕੱਢ ਲਾਂਗੇ ਉੱਥੇ। ਬਹੁਤ ਹੀ ਜ਼ਿਆਦਾ ਵੱਡਾ ਆਪਾਂ ਰਿਸਕ ਲੱਲਿਆ ਵਾ, ਉੱਧਰ ਚੈੱਕ ਕਰ ਸਕਦੇ ਤੁਸੀਂ। ਗੁੰਜਲ ਕਹਿੰਦੇ ਆਪਣੀ ਗੁੱਡੀ ਦੇ ਨਾਲ ਚੱਲ ਗਿਆ, ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਆਹ ਵਾਲੀ ਡੋਰ ਦੇ ਨਾਲ ਗੁੰਜਲ ਜਾਣ ਅਤੇ ਡੋਰ ਉੱਥੇ ਹੀ ਟੁੱਟ ਜਾਂਦੀ ਆ, ਅਤੇ ਬਾਕੀ ਹੁਣ ਆਪਾਂ ਰਿਸਕ 'ਤੇ ਲੱਲਿਆ ਵਾ, ਵੇਖਦੇ ਹੁਣ ਕੀ ਹੁੰਦਾ ਅਤੇ ਕੀ ਨਹੀਂ ਹੁੰਦਾ। ਗਾਈਜ਼ ਵੀਰੇ, ਕੀ ਹੁੰਦਾ ਅਤੇ ਕੀ ਨਹੀਂ ਹੁੰਦਾ। ਕਹਿੰਦੇ ਵਾਹ ਚੱਲ ਪਈ, ਉੱਧਰ ਦੀ ਮਾੜੀ ਮਾੜੀ ਨਿਗਾਹ ਨਾਲ ਚੈੱਕ ਕਰ ਹੀ ਸਕਦੇ ਜੇ ਤੇ ਇੱਧਰੋਂ ਕਹਿੰਦੇ ਪਪੇ ਚਲਾਉਣਾ ਸੀ, ਉਹ ਗੁੱਡੀ ਉੜ ਚੁੱਕੀ ਹੈ ਅਤੇ ਇੱਧਰੋਂ ਕਹਿੰਦੇ ਮਾੜਾ ਜਿਹਾ ਤੁਣਕਾ ਵੱਜਿਆ ਅਤੇ ਉੱਧਰੋਂ ਟੁੱਟ ਜਾਣੀ ਗੁੱਡੀ, ਜਿਸ ਤਰ੍ਹਾਂ ਤੁਣਕੇ ਮਾਰਨ ਡਿਆ ਉਹਨੂੰ। ਨਹੀਂ ਉੱਤੇ ਹੈਗੀ ਵਾਹ, ਥੱਲੇ ਸਾਨੂੰ ਮਹਿਸੂਸ ਨਹੀਂ ਹੋਣ ਡਿਆ ਵਾਹ ਦਾ, ਉੱਤੇ ਉਹ ਵਾਰੀ ਚੱਕ ਜਾਂਦੀ ਹੋਏ ਅਗਲਾ ਵੇ ਭਰਾਵਾ ਆਪਣੀ ਗਈ ਆ, ਆਪਣੀ ਗਈ ਆ, ਅਗਲਾ ਨਹੀਂ ਆਵੇ ਅਗਲੀ ਡਾ ਤੂੰ, ਗੁੱਡੀ ਉੱਡ ਗਈ ਆ। ਇੱਧਰੋਂ ਕਹਿੰਦੇ ਗੁਲਾਬੀ ਗੁੱਡੀ ਨੂੰ ਵੱਢਣ ਦੀ ਤਿਆਰੀ ਹੋ ਚੁੱਕੀ ਹੈ ਤੇ ਇੱਧਰੋਂ ਕਹਿੰਦੇ ਇੱਧਰ ਨੂੰ ਜਾਈ ਜਾਂਦੀ ਹੈ ਗੁੱਡੀ ਆਪਣੀ, ਤੇ ਭਰਾਵਾ ਉੱਧਰ ਆ ਜਿਹੜੀ ਗੁਲਾਬੀ ਗੁੱਡੀ ਆ ਇੱਧਰ ਨੂੰ ਜਾਈ ਹੈ। ਪਾਗਲ ਹੋ ਗਈ ਕਹਿੰਦੇ, ਉੱਤੇ ਵਾਲੀ ਵਾਹ ਪਾਗਲ ਹੋ ਗਈ, ਥੱਲੇ ਵਾਲੀ ਵਾਹ ਚੱਲਣ ਨਹੀਂ ਡਈ। ਚੱਕ ਜਾਂਦੀ ਹੋਏ ਅਗਲਾ ਵੇ, ਇਹ ਆਪਾਂ ਵੱਡੀ ਆ, ਇਹ ਆਪਣੀ ਗੁੱਡੀ ਵੱਡੀ ਨਹੀਂ ਭਰਾਵਾ, ਸਹੀ ਕਰ ਹੁਣ ਗੁੱਡੀ ਨੂੰ, ਇਹਨਾਂ ਨੇ ਸਮਝਣਾ ਇਹ ਗੁੱਡੀ ਗਈ ਇਹਨਾਂ ਦੀ, ਉਹਦੀ ਭਰਾਵਾ ਵੱਡੀ ਆਪਾਂ। ਤੇ ਇੱਧਰੋਂ ਕਹਿੰਦੇ ਗੁੱਡੀ
ਉੱਡ ਚੁੱਕੀ ਹੈ ਅਤੇ ਪਿੱਛੋਂ ਵੀ ਕਹਿੰਦੇ ਪਿਛਲੇ ਵਾਲੀ ਸਟੇਟ 'ਚੋਂ ਵੀ ਗੁੱਡੀ ਉੱਡ ਚੁੱਕੀ ਹੈ ਅਤੇ ਇੱਧਰੋਂ ਕਹਿੰਦੇ ਅਗਲੇ ਵਾਲੀ ਸਟੇਟ ਦੇ ਨਾਲ ਪੇਚਾ ਲੱਗਣ ਜਾ ਰਿਹਾ, ਜਾਨੀ ਕਿ ਲਾਲ ਚਿੱਟੇ ਰੰਗ ਦੀ ਕੁੜੀ ਨਾਲ ਪੇਚਾ ਲੱਗਣ ਜਾ ਰਿਹਾ ਅਤੇ ਹੁਣ ਮੈਂ ਥੋੜ੍ਹਾ ਜਿਹਾ ਸਾਹ ਵੀ ਲੈ ਲਾਂ ਅਤੇ ਇੱਧਰੋਂ ਕਹਿੰਦੇ ਖੈਂਜਮ ਖੈਂਚੀ ਪੇਚਾ ਹਾਲੇ ਨਹੀਂ ਕਰਨਾ ਇਹਨਾਂ ਨੇ, ਪਤਾ ਨਹੀਂ ਕਿਉਂ। ਉੱਧਰ ਕਹਿੰਦੇ ਖੈਂਜਮ ਖੈਂਚੀ ਪੇਚਾ ਲੱਗ ਰਿਹਾ ਅਤੇ ਉੱਧਰੋਂ ਕਹਿੰਦੇ ਉਹਨੇ ਥੱਲੋਂ ਪਾ ਲਈ ਅਤੇ ਥੱਲੋਂ ਆਪਾਂ ਨੂੰ ਖਿੱਚਣ ਜਾ ਰਿਹਾ, ਇੱਧਰੋਂ ਕਹਿੰਦੇ ਖੈਂਜਮ ਖੈਂਚੀ ਪੇਚਾ ਨਹੀਂ ਲੱਗਣ ਜਾ ਰਿਹਾ, ਖਿੱਚ ਲਾ ਕੇ ਨਹੀਂ ਗਈ ਹਾਲੇ ਹੈਗੀ ਆ, ਮੇਰੇ ਨਾ ਮੁੱਕੀ ਮਾਰਦੀ ਆਪਣੀ ਗਈ ਓ। ਲੋਕ ਬੱਚੇ ਕਹਿੰਦੇ ਮੇਰੀਆਂ ਰੀਸਾਂ ਕਰਦੇ ਹੋਏ ਮੇਰੇ ਸਸਕੜੇ ਪਰ ਕਹਿੰਦੇ ਇੱਥੇ ਹੀ ਐਂਡ ਕੀਤਾ ਜਾਵੇ ਅਤੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਚੈਨਲ 'ਤੇ ਚੱਲ ਰਿਹਾ ਹੈ ਗਿਵਅਵੇ, ਅਤੇ ਗਿਵਅਵੇ ਦੇ ਵਿੱਚ ਪਾਰਟੀਸਪੇਟ ਕਰਨ ਲਈ ਚੈਨਲ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਕਰੋ ਭਰਾਵਾ, ਪਾਰਟੀਸਪੇਟ ਬਹੁਤ ਜ਼ਿਆਦਾ ਬਹੁਤ ਘੱਟ ਲੋਕ ਕਰਨਦੇ ਆ, ਹੈ ਪਾਰਟੀਸਪੇਟ ਬਹੁਤ ਘੱਟ ਲੋਕ ਕਰਨਦੇ ਆ, ਅਤੇ ਜਲਦ ਵੱਧ ਤੋਂ ਵੱਧ ਪਾਰਟੀਸਪੇਟ ਕਰੋ ਗਿਵਅਵੇ ਦੇ ਵਿੱਚ, ਅਤੇ ਜੇ ਗੱਟੂ ਸਟੈਸ਼ ਕਾਈਟ ਸਟੈਸ਼ ਲੈਣਾ ਹੈ ਦੋਵੇਂ ਸਟੈਸ਼ ਮਿਲਣਗੇ, ਬਸ ਪਾਰਟੀਸਪੇਟ ਕਰੋ ਅਤੇ ਇੱਧਰੋਂ ਕਹਿੰਦੇ ਪੇਚੇ ਲੱਗਣ ਜਾ ਰਹੇ ਅਤੇ ਪੇਚੇ ਇੰਜੋਏ ਕਰੀਏ, ਅਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਅਤੇ ਆਪਾਂ ਤੁਹਾਨੂੂੰ ਮਿਲਦੇ ਨੈਕਸਟ ਵੀਡੀਓ 'ਚ। ਅੱਛਾ ਗੁੱਡੀ ਡਾ ਰਹੀ ਹੈ ਅਤੇ ਹੁਣ ਵੇਖਦੇ ਹਾਂ ਕਿਹਦੀ ਆਪਾਂ ਗੁੱਡੀ ਵੱਢ ਕੇ ਆਉਂਦੇ ਹਾਂ ਜਾਂ ਫਿਰ ਆਪਾਂ ਵਢਾ ਕੇ ਆਉਂਦੇ ਹਾਂ, ਇਹ ਸਾ ਤੁਹਾਡੇ ਲਈ ਵੀ ਸਸਪੈਂਸ ਆ, ਸਾਡੇ ਲਈ ਵੀ ਸਸਪੈਂਸ ਆ, ਬਸ ਵੀਡੀਓ ਲਾਸਟ ਤੱਕ ਜ਼ਰੂਰ ਵੇਖਦੇ ਰਹੋ, ਇਹ ਕਲਿੱਪ ਹੈਗੀ ਲਾਸਟ 'ਤੇ ਆ। ਗੁੱਡਾ ਡਾਇਆ ਨਹੀਂ ਅਤੇ ਕਹਿੰਦੇ ਪੇਚੇ ਲਾਉਣ ਪਹਿਲਾਂ ਹੀ ਆ ਗਏ ਆ, ਤੂੰ ਉੱਧਰੋਂ ਭਰਾਵਾ ਖਿੱਚਾ ਹੀ ਮਾਰੀ ਜਾਂਦਾ ਸੀ ਵਧੀਆ ਬਾਬਾ, ਅਸੀਂ ਇੱਕੋ ਗੁੱਡੀ ਵੱਢੀ ਤਾਂ ਵੇਲਾ ਹੀ ਨਹੀਂ, ਕਿੰਨਾ ਗੁੱਸਾ ਚੜਿਆ ਸੀ, ਤੂੰ ਇੱਕ ਵੀ ਨਹੀਂ ਵੱਢ ਕੇ ਆਇਆ, ਵੱਡਾ ਉਹ ਆ ਗਿਆ ਵੇਲਾ ਥੱਲੋਂ ਆਉਂਦਾ ਸੀ, ਮਾਰ ਗਿਆ ਖਿੱਚਿਆ ਬੜੀ ਤੇਜ਼ ਬਣੀ, ਵੇਖੀ ਪੈਣ ਲੱਗਾ ਸੀ, ਬਸ 2 ਘੰਟਿਆਂ ਦੀ ਦੇਰ ਹੈ, ਕਹਿੰਦੇ ਇੱਧਰੋਂ ਇਹਨੂੰ ਖਿੱਚਿਆ ਪੈਣ ਲੱਗਾ ਹੈ, ਵੱਜ ਗਿਆ ਬਸ, ਉਹਨੇ ਤੇਰੀ ਕੰਨੀ ਉਹ ਲਾਗੋ ਪਾ ਲਈ ਹੈ, ਤੂੰ ਉੱਧਰ ਨੂੰ ਕਰੀ ਜਾ ਹੋਰ ਉਹਦੇ ਘਰ ਵੱਲੋਂ, ਉਹ ਤੇਰੀ ਕੰਨੀ ਉਹ ਲਾਗੋ ਪਾਉਣ ਡਿਆ ਵਾ, 2 ਸਕਿੰਟਾਂ ਦੀ ਦੇਰ ਆ ਬਸ, ਵੇਖੀ ਜਾਂਦਾ ਹੁਣ ਵਲੇਟਾ ਪੈਣਾ ਹੀ, ਵੇਖੀ ਇਹਨੂੰ, ਉਹਨੂੰ ਨਹੀਂ ਭਰਾਵਾ ਉਹਨੂੰ ਨਹੀਂ ਸਾਨੂੰ ਪੈਣਾ ਵਲੇਟਾ, ਇਹ ਗਈ ਨਹੀਂ ਹਲੇ ਹੈਗਾ ਗਈ ਆ, ਬਸ ਮੈਂ ਤੈਨੂੰ ਕਿਹਾ ਵਲੇਟਾ ਪੈਣਾ ਜਿਸ ਹਿਸਾਬ ਨਾਲ ਖਿੱਚਾ ਮਾਰਨ ਡਿਆ ਸੀ, ਇੱਧਰੋਂ ਤੁਸੀਂ ਬੱਦਲ ਇੰਜੋਏ ਕਰੋ ਭਰਾਵਾ, ਆਵੇ ਬੱਦਲ ਚੱਲ ਤੁਰਨ ਦੇ ਹੀ ਆ ਗਿਆ, ਕਹਿੰਦੇ ਘਰੇ ਪੇਚਾ ਲਾਉਣ ਆ ਗਿਆ ਜੀ, ਉਹਨੇ ਵੀ ਉਹਦੇ ਵਾਂਗੂ ਹੀ ਪੇਚਾ ਲਾਉਣਾ ਹੀ, ਧਿਆਨ ਰੱਖੀ ਹੁਣ ਵਢਾ ਕੇ ਨਾ ਹੀ, ਦੋਵੇਂ ਇੱਧਰਲੇ ਪਾਸੇ ਹੀ ਉਹ ਚਿੱਟਾ ਵੀ ਅਤੇ ਨਾ ਵੀ ਨੀਲਾ ਵੀ, ਚਿੱਟੇ ਨਾਲ ਲਾਉਣ 'ਚ ਲਵਾਂ, ਕਹਿੰਦੇ ਜਿਹਦੇ ਨਾਲ ਪੇਚਾ ਲੱਗ ਗਿਆ ਆਪਾਂ ਉਹਦੇ ਨਾਲ ਹੀ ਪੇਚਾ ਲਾ ਦੇਣਾ, ਅਤੇ ਇੱਧਰੋਂ ਕਹਿੰਦੇ ਮੈਨੂੰ ਲੱਗਦਾ ਚਿੱਟੇ ਨਾਲ ਪੇਚਾ ਲੱਗ ਜੂਗਿਆ, ਅਤੇ ਇੱਧਰੋਂ ਕਹਿੰਦੇ ਖਿੱਚਮ ਖਿੱਚੀ ਕੰਮ ਹੋ ਹੀ ਜਾਂਦਾ ਹੈ, ਉਹ ਵੀ ਡੰਗਰਾਂ ਵਾਂਗੂ ਖਿੱਚੀ ਜਾਣ ਡਿਆ, ਅਤੇ ਅਸੀਂ ਵੀ ਡੰਗਰਾਂ ਵਾਂਗੂ ਕਹਿੰਦੇ ਖਿੱਚੀ ਜਾਣ ਡਿਆ, ਅਤੇ ਇਹ ਹਾਲੇ ਕਹਿੰਦੇ ਉੱਥੇ ਮੂਰਤੀ ਬਣ ਕੇ ਖਲੋਤਾ ਹੈ, ਕਹਿੰਦੇ ਇਹ ਸੀ ਅੱਜ ਦੀ ਸੰਪੂਰਨ ਜਾਣਕਾਰੀ, ਅਤੇ ਇੱਧਰ ਦੋਵੇਂ ਗੁੱਡੀਆਂ ਨਾਲ ਆਪਣਾ ਵਾਹ ਪੈਣ ਲੱਗਾ ਹੈ, ਅਤੇ ਇੱਧਰੋਂ ਕਹਿੰਦੇ ਹਾਲੇ ਉਹ ਦੋਵੇਂ ਗੁੱਡੀਆਂ ਇਕੱਠੀਆਂ ਹੀ ਹੋ ਰਹੀਆਂ ਹੈ, ਅਤੇ ਇੱਧਰੋਂ ਕਹਿੰਦੇ ਆਪਣੀ ਗੁੱਡੀ ਥੱਲੇ ਹੈ, ਆਪਣੀ ਗੁੱਡੀ ਨੂੰ ਥੱਲੇ ਨਾ ਰੱਖਿਆ ਜਾਵੇ, ਅਤੇ ਇੱਧਰੋਂ ਕਹਿੰਦੇ ਦੋਵਾਂ ਨੂੰ ਖਿੱਚਮ ਪੈਣ ਲੱਗਾ ਹੈ, ਪੇਚਾ ਖਿੱਚਮ ਪੇਚਾ ਪੈਣ ਲੱਗਾ, ਇਹ ਮੈਂ ਆਪ ਨਾਮ ਦਿੱਤਾ ਹੈ ਪੇਚੇ ਨੂੰ, ਖਿੱਚਮ ਪੇਚਾ ਪੈਣ ਲੱਗਾ ਹੈ, ਕਹਿੰਦੇ ਨੂੰ ਵੱਜ ਚੁੱਕਿਆ ਖਿੱਚਾ, ਬਸ ਚੱਕ ਆਪਣੀ ਗਈ ਆ, ਕਹਿੰਦੇ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਆਪਣੀ ਬੇਇੱਜ਼ਤੀ ਕਰਾਈ ਹੈ ਅਤੇ ਐਂਡ ਬੇਇੱਜ਼ਤੀ ਹੀ ਕਰਾਈ ਹੈ, ਚੈਨਲ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਬਾਕੀ ਗਿਵਅਵੇ ਦੇ ਵਿੱਚ ਪਾਰਟੀਸਪੇਟ ਲਓ, ਆਪਾਂ ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ 'ਚ, ਜਿੰਗ ਟਪਾਕ ਡਮ ਡਮ ਡਮ, ਬਾਏ।